ਅਗਾਂਹ ਹੋਰ ਕਿਤੇ ਵੀ ਨਹੀਂ ਜੀ ਮਿਲਣਾ, ਇੱਕ ਛੋਟੀ ਜਿਹੀ ਮੈਂ ਗੱਲ ਕਰਕੇ ਹੁਣ ਅਗਾਂਹ ਵਧ ਲੱਗਾ। ਇੱਕ ਮਿਸ ਮੈਰੀ ਹੋਈ ਹੈ, ਅੰਗਰੇਜ਼ ਲੇਡੀ ਸੀ, ਅੰਗਰੇਜ਼ਾਂ ਨੇ ਸਿੱਖੀ ਦਾ ਬਹੁਤ ਸਤਿਕਾਰ ਵੀ ਕੀਤਾ, ਰਿਸਪੈਕਟ ਵੀ ਕੀਤੀ ਹੈ, ਲੇਕਿਨ ਉਹਨਾਂ ਦੀ ਇੱਕ ਭਾਵਨਾ ਇਹ ਵੀ ਸੀ ਕਿ ਸਿੱਖ ਕੌਮ ਦਾ ਮੂਲ ਗੁਰੂ ਗ੍ਰੰਥ ਸਾਹਿਬ ਹੈ, ਤੇ ਗੁਰੂ ਗ੍ਰੰਥ ਸਾਹਿਬ ਤੋਂ ਜਿੱਦਣ ਸਿੱਖ ਤੋੜਵਾਂਗੇ ਉਦੋਂ ਕੋਈ ਮੋਰਚੇ ਲਾਉਣ ਵਾਲਾ ਨਹੀਂ ਬਚਣਾ। ਹਿੰਦੁਸਤਾਨ ਦੀ ਧਰਤੀ ਤੇ ਮੋਰਚੇ ਲਾਉਂਦਾ ਕੌਣ ਰਿਹਾ? ਸਿੱਖ। ਡਾਂਗਾ ਕੌਣ ਖਾਂਦਾ ਰਿਹਾ? ਸਿੱਖ। ਕਿਉਂਕਿ ਸਿੱਖ ਨੇ ਕਿਹਾ ਸੀ ਨਾ ਮੈਂ ਡਰਦਾ ਤੇ ਨਾ ਮੈਂ ਡਾਉਣਾ, ਮੇਰੇ ਹੱਥ ਨੇ ਮੈਂ ਤੈਨੂੰ ਲੈਣ ਨਹੀਂ ਲੈਣੇ, ਤੇ ਜਿਹੜੇ ਹੱਥ ਮੇਰੇ ਤੂੰ ਕਦਮ ਤੋਂ ਧੱਕੇ ਨਾਲ ਖੋ ਕੇ ਲੈ ਜਾਏਗਾ। ਉਹਨਾਂ ਨੇ ਇੱਕ ਲੇਡੀ ਬੁਲਾਈ ਫਿਲੋਸਫਰ ਮਿਸ ਮੈਰੀ, ਉਹਨੂੰ ਡਿਊਟੀ ਦਿੱਤੀ ਕਿ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰ ਤੇ ਸਿੱਖਾਂ ਦੇ ਸਾਰੇ ਸਿਧਾਂਤ ਬਦਲ ਦੇ। ਕਿਤਾਬਾਂ ਲਿਖ ਜਿਵੇਂ ਅੱਜ ਆਰ ਐਸ ਐਸ ਕਰ ਰਹੀ ਹੈ ਤੇ ਸ਼੍ਰੋਮਣੀ ਕਮੇਟੀ ਕਰ ਰਹੀ ਹੈ, ਕਿਉਂਕਿ ਦੋਨੋਂ ਇੱਕ ਹੀ ਹੈ, ਨਾ ਆਰ ਐਸ ਐਸ ਕਰ ਰਹੀ ਹੈ ਨਾ ਸ਼੍ਰੋਮਣੀ ਕਮੇਟੀ। ਇਹਨਾਂ ਦੇ ਅੰਦਰ ਜਿੰਨੇ ਬੰਦੇ ਕੰਮ ਕਰ ਰਹੇ ਨੇ ਉਹਨਾਂ ਵਿੱਚੋਂ 100% ਵਿੱਚੋਂ ਅਸੀਂ 99% ਇਹ ਕਹਾਂਗੇ ਉਹ ਆਰ ਐਸ ਐਸ ਦੇ ਬੰਦੇ ਕੰਮ ਕਰ ਰਹੇ। ਛੋਟੀ ਜਿਹੀ ਗੱਲ ਲੈ ਲਓ, ਸਦੀਆਂ ਤੋਂ 1 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ। ਕਿਉਂ ਵੀਰ ਜੀ ਸਭ ਜਗ੍ਹਾ ਚੁੱਕ ਹੈ, ਤੁਸੀਂ ਵੀ ਮਨਾ ਰਹੇ ਹੋ, ਸਦੀਆਂ ਤੋਂ ਚੱਲਦਾ ਆ ਰਹੇ, ਸਦੀਆਂ ਤੋਂ ਮਨਾਇਆ ਜਾ ਰਿਹਾ। ਅੱਜ ਉੱਠ ਕੇ 4 ਕੁ ਬੰਦੇ ਸ਼੍ਰੋਮਣੀ ਕਮੇਟੀ ਦੇ ਉਹ ਕਹਿ ਦਿੰਦੇ ਨਹੀਂ ਜੀ 2 ਸਤੰਬਰ ਨੂੰ ਅਸੀਂ ਮਨਾਉਣਾ। ਉਹ ਮਰਕੂ ਸਾਹਿਬ ਆਖਦਾ ਸਿੱਖ ਕੌਮ ਨੂੰ ਵੀ ਸਿੱਖਾਂ ਨੂੰ ਪਤਾ ਹੀ ਨਾ ਲੱਗੇ ਕਿ ਸਾਡਾ ਦਿਨ ਤਿਉਹਾਰ ਹੈ ਕੀ ਹੈ, ਮਤਲਬ ਕੀ ਹੈ ਸਾਡੇ ਕੋਲ ਬਸ ਆ 4 ਚੀਜ਼ਾਂ ਰਹਿੰਦੀਆਂ ਨੇ, ਇੱਕ ਮੱਸਿਆ, ਇੱਕ ਸੰਗਰਾਂਦ, ਇੱਕ ਪੂਰਨਮਾਸ਼ੀ ਤੇ ਇੱਕ ਦਸਵੀਂ। ਕਿਤੋਂ ਇਲਾਵਾ ਅਸੀਂ ਜਾਂਦੇ ਨਹੀਂ ਹੁੰਦੇ। ਅਸੀਂ ਜਦੋਂ ਵੀ ਗੁਰਦੁਆਰੇ ਆਉਂਦੇ ਹਾਂ ਬਦ ਕਿਸਮਤੀ ਵੀ ਹੈ ਸਾਡੀ, ਅਸੀਂ ਗੁਰਦੁਆਰੇ ਭਾਈ ਨੂੰ ਆ ਕੇ ਇਹੀ ਪੁੱਛਦੇ ਹਾਂ ਭਾਈ ਸੰਗਰਾਂਦ ਕਿੱਦਣ ਹੈ, ਮੱਸਿਆ ਕਿੱਦਣ ਹੈ, ਪੂਰਨਮਾਸ਼ੀ ਕਿੱਦਣ ਹੈ, ਜਾਂ ਸ਼ਰਾਧ ਕਿੱਦਣ ਹੈ। ਕਦੀ ਤੁਸੀਂ ਆ ਕੇ ਪੁੱਛੋ, ਬਾਹਰ ਤੁਹਾਡੇ ਬਰੈਕ ਬੋਰਡ ਤੇ ਕੋਈ ਨਹੀਂ ਲਿਖਿਆ ਹੋਇਆ, ਮੈਂ ਦੇਖਿਆ ਵੀ ਸੀ ਜਾ ਕੇ ਸੰਗਰਾਣਾ ਮੱਸਿਆ ਪੂਰਨਮਾਸ਼ੀ ਲਿਖੀਆਂ। ਲੇਕਿਨ ਇਸ ਮਹੀਨੇ ਵਿੱਚ ਹੋਰ ਵੀ ਕਈ ਦਿਨ ਤਿਉਹਾਰ ਆ ਰਹੇ ਨੇ, ਕਈ ਸ਼ਹੀਦਾਂ ਦੇ ਤਿਉਹਾਰ ਆ ਰਹੇ ਨੇ, ਕਈ ਗੁਰੂ ਸਾਹਿਬਾਂ ਦੇ ਤਿਉਹਾਰ ਆ ਰਹੇ ਨੇ, ਲੇਕਿਨ ਪੁੱਛੋ ਆ ਕੇ ਕਿ ਭਾਈ ਸਾਹਿਬ ਜੀ ਕਿਹੜੇ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਇਸ ਮਹੀਨੇ ਚ, ਕਿਹੜੇ ਸਿੱਖ ਦਾ ਸ਼ਹੀਦੀ ਦਿਹਾੜਾ ਹੈ ਇਸ ਮਹੀਨੇ ਚ, ਕਿਹੜੀ ਘਟਨਾ ਇਸ ਮਹੀਨੇ ਵਾਪਰੀ, ਬਾਹਰ ਬਲੈਕ ਬੋਰਡ ਤੇ ਲਿਖਿਆ ਜਾਵੇ ਤਾਂ ਕਿ ਸਾਡੇ ਬੱਚੇ ਆਉਣ, ਸਾਡੇ ਲੜਕੇ ਲੜਕੀਆਂ ਆਉਣ, ਕਮ ਸੇ ਕਮ ਆ ਕੇ ਪੜ੍ਹਨ ਤਾਂ ਸੀ ਵੀ ਆਹ ਸਾਡਾ ਇਤਿਹਾਸ ਹੈ ਇਸ ਮਹੀਨੇ ਦਾ। ਪਤਾ ਲੱਗੀ ਸਾਨੂੰ ਕੁਛ ਨਾ ਕੁਛ, ਪਰ ਉੱਧਰ ਸਾਡਾ ਖਿਆਲ ਨਹੀਂ, ਸਾਡਾ ਖਿਆਲ ਉਹਨਾਂ ਕੰਮਾਂ ਵੱਲ ਹੈ ਜਿਹਨਾਂ ਕੰਮਾਂ ਤੋਂ ਸਾਨੂੰ ਨਾ ਵੱਧ ਦਾ ਕੁਛ ਮਿਲਿਆ ਤੇ ਨਾ ਕੁਛ ਮਿਲਣਾ ਹੈ। ਖੈਰ ਤੇ ਮਿਸ ਮੈਰੀ ਦੀ ਡਿਊਟੀ ਲਾਈ, ਮਿਸ ਮੈਰੀ ਨੇ ਪਤਾ ਕੀ ਕਿਹਾ ਕਿ ਮੈਂ ਠੀਕ ਹੈ ਕੋਚ ਕਰਾਂਗੀ, ਮੈਂ ਵਧਾਂਗੀ ਜਿੰਨਾ ਵੱਧ ਸਕੇਗਾ, ਮੈਂ ਰਹਿਣੇ ਦਾ ਕੋਈ ਦਵਾਂਗੀ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰਧਾਰਾ ਨੂੰ ਮਿਸ ਮੈਰੀ ਪੜ੍ਹ ਲਈ, ਕਹਿੰਦੇ ਪੜ੍ਹਦਿਆਂ ਪੜ੍ਹਦਿਆਂ ਉਹ ਮਿਸ ਮੈਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੋ ਗਈ, ਗੁਰੂ ਗ੍ਰੰਥ ਸਾਹਿਬ ਦੀ ਬਣ ਗਈ। ਕਿਸੇ ਨੇ ਕੋਈ ਪੁੱਛਿਆ ਸੀ, ਇੱਕ ਲੂਣ ਦਾ ਪੁੱਤ, ਉਹਨੂੰ ਪੁੱਛਿਆ ਕਿ ਸਾਗਰ ਦੇ ਵਿੱਚ ਜਾਣਾ ਹੈ ਤੇ ਸਾਗਰ ਤੋਂ ਗਿਆਈ ਮਾਰਨੀ ਹੈ ਤੇ ਜਦ ਹੀ ਵਾਪਸ ਆ ਜਾਏ। ਲੂਣ ਦੇ ਪੁੱਤ ਨੇ ਇਸ਼ਾਰਾ ਕਰੀ ਸਮੁੰਦਰ ਦੇ ਵਿੱਚ, ਅੱਜ ਤੱਕ ਬਾਹਰ ਨਹੀਂ ਆਇਆ, ਵਿੱਚ ਇੱਕ ਹੋ ਗਿਆ। ਪੁੱਛਣ ਵਾਲੇ ਨੇ ਪੁੱਛਿਆ ਵੀ ਤੂੰ ਬਾਹਰ ਕਿਉਂ ਆਇਆ, ਉਹ ਕਹਿੰਦੇ ਮੈਂ ਇੱਕ ਗਿਆਈ ਨਾਪਣ ਗਿਆ ਸੀ, ਲੇਕਿਨ ਤੂੰ ਗਿਆਈ ਨਾਪਦਿਆਂ ਨਾਪਦਿਆਂ ਆਪ ਵਿੱਚ ਹੋ ਗਿਆ, ਹੁਣ ਮੈਂ ਸਮੁੰਦਰ ਬਣ ਗਿਆ, ਸਮੁੰਦਰ ਮੇਰਾ ਰੂਪ ਹੋ ਗਿਆ, ਮੈਂ ਤੁਹਾਡਾ ਬੋਲ ਨਹੀਂ ਸਕਦਾ, ਮੇਰਾ ਜੀਵਨ ਹੀ ਵਿੱਚ ਹੋ ਗਿਆ। ਮਿਸ ਮੈਰੀ ਨੇ ਪੜ੍ਹਿਆ ਗੁਰੂ ਗ੍ਰੰਥ ਸਾਹਿਬ, ਸਿਧਾਂਤ ਪੜ੍ਹੇ ਗੁਰੂ ਗ੍ਰੰਥ ਸਾਹਿਬ ਦੇ, ਹੈਰਾਨ ਹੋ ਗਈ ਵੀ ਜਿਹੜੀਆਂ ਗੱਲਾਂ ਅੱਜ ਅਸੀਂ ਸਾਇੰਸ ਨਾਲ ਸਮਝਾ ਰਹੇ ਹਾਂ ਉਹ ਗੱਲਾਂ ਕਈ ਸਦੀਆਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। ਸੱਸ ਘਰ ਸੂਰ ਸਮਾਵੇ ਵਰਗੀਆਂ, ਅੱਜ ਸਾਡੇ ਬੱਚਿਆਂ ਨੂੰ ਪਤਾ ਲੱਗਣਾ ਵੀ ਚੰਦਰਮਾ ਜਿਹੜਾ ਹੈ ਉਹ ਰੋਸ਼ਨ ਦਾ ਸੂਰਜ ਤੋਂ ਹੁੰਦਾ ਹੈ, ਲੈ ਗਰਮ ਰੋਸ਼ਨ ਲੈ ਕੇ ਠੰਡੀ ਸੰਧ ਬਣਾ ਕੇ ਦੇਣਾ ਚਾਹਿਆ। ਗੁਰੂ ਗ੍ਰੰਥ ਸਾਹਿਬ ਤੇ ਬੜੀ ਦੇਰ ਪਹਿਲਾਂ ਲਿਖ ਦਿੱਤਾ ਗਿਆ ਵੀ ਚੰਦਰਮਾ ਰੋਸ਼ਨੀ ਸੂਰਜ ਤੋਂ ਲੈ ਰਿਹਾ,
ਸਾਇੰਸ ਖੋਜ ਕਰ ਰਹੀ ਹੈ। ਗੁਰੂ ਗ੍ਰੰਥ ਸਾਹਿਬ ਚ ਪਹਿਲਾਂ ਲਿਖ ਦਿੱਤਾ ਗਿਆ ਆਕਾਰ ਤੋਂ ਵਾਹਿਗੁਰੂ ਨੇ ਕਿਵੇਂ ਧਰਤੀ ਪੈਦਾ ਕੀਤੀ, ਸਾਰੀ ਸ੍ਰਿਸ਼ਟੀ ਕਿੱਦਾਂ ਬਣੀ। ਇਹ ਗੱਲਾਂ ਜਦੋਂ ਨੇ ਪੜ੍ਹੀਆਂ, ਸੱਚ ਦੀ ਗੱਲ ਉਹਨੇ ਪੜ੍ਹੀ, ਉਹ ਕਹਿੰਦੇ ਅੰਗਰੇਜ਼ਾਂ ਦੇ ਕੋਲ ਵਾਪਸ ਆਈ, ਮੈਂ ਨਹੀਂ ਕੁਛ ਕਰ ਸਕਦੀ। ਉਹ ਕਹਿੰਦੇ ਕਿਉਂ? ਉਹ ਕਹਿੰਦੀ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵਿਗਾੜਨ ਗਈ ਸੀ, ਇਹਨਾਂ ਦੇ ਸਿਧਾਂਤ ਵਿਗਾੜਨ ਗਈ ਸੀ, ਪਰ ਅਮਰਿਓ ਸਿਧਾਂਤ ਵਿਗਾੜਦੀ ਵਿਗਾੜਦੀ ਮੈਂ ਖੁਦ ਵਿਗੜ ਗਈ ਤੇ ਉਹ ਮਿਸ ਵੈਲੀ ਅੰਮ੍ਰਿਤਧਾਰੀ ਹੋਈ ਤੇ ਗੁਰੂ ਕੀ ਸਿੰਘ ਨਹੀਂ ਬਣੀ ਕਿ ਸਾਡੀਆਂ ਬੱਚੀਆਂ ਨੇ ਪੜ੍ਹ ਸਕਦੀਆਂ। ਅੱਜ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਕਿੰਨੇ ਕੁ ਬੱਚੇ ਨੇ ਜਿਹੜੇ ਕਿਤੇ ਸਿੱਖ ਇਤਿਹਾਸ ਦੇ ਬਾਰੇ